ਜਦੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਤਾਂ ਫਿਰ ਬੜੀ ਮੰਤਰ ਮੁਗਧ ਹੋਈ ਜੀ ਉੱਥੇ। ਆਉਂਦੀ ਏ ਸਾਡੇ ਜਿਹੜੇ ਨਾਮਧਾਰੀ ਪੰਥ ਦੇ ਇਤਿਹਾਸਕਾਰ ਹੋਏ ਨੇ ਬਾਲਮ ਜੀ, ਉਸ ਦਾਈ ਦੀ ਬਾਬਤ ਕੁਝ ਲਿਖਦੇ ਨੇ, ਕਹਿੰਦੇ ਨੇ ਦੇਖ ਕਰਦਾਈ ਸਭ ਸੁਰਤ ਭੁਲਾਈ, ਤਬ ਰੋਸ਼ਨੀ ਨਿਹਾਰ ਕਹਿਣੇ ਲਗੀ ਨੂਰੋ ਨੂਰ ਹੈ, ਬਾਲ ਨਹੀਂ ਅਕਾਲ ਹੈ ਯੇ ਦਿਨੋ ਬੇਦਿਆਲ ਹੈ ਯੇ, ਤੇ ਆਉਂਦੀ ਹੈ ਸਰਬ ਗੁਣੋਂ ਕੀ ਗੁਣ ਖਾਣ ਭਰਪੂਰ ਹੈ, ਮੂਸਾ ਕੇ ਸਮਾਨ ਪਈ ਮੂਰਛਾ ਮੈਂ ਤਾਮ ਤੇਰੇ, ਮੇਰੇ ਲਈ ਤੇਰੋ ਤਾਮ ਜਾਪੇ ਕੋਹੇ ਨੂਰ ਹੈ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਨਬੀਓ ਕੇ ਨਬੀ ਯੋ ਕੇ ਅੱਲਾਹ ਕੇ ਬੇਨਜ਼ੂਰ ਹੈ। ਸਤਿਗੁਰਾਂ ਦਾ ਜਦੋਂ ਨੂਰਾਨੀ ਚਿਹਰੇ ਦਾ ਦਰਸ਼ਨ ਕੀਤਾ ਤੇ ਫਿਰ ਦਾਈ ਬਿਰਾਕੀ ਬਾਕੀ ਰਹਿ ਗਈ ਏ, ਮੰਤਰ ਮੁਗਧ ਹੋ ਗਈ ਏ। ਆਉਂਦੀ ਏ ਵੀ ਇਹ ਖਾਕੀ ਨਹੀਂ, ਇਹ ਨੂਰੀ ਏ, ਇਹ ਖਾਕ ਚ ਮਿਲਣ ਵਾਲਾ ਨਹੀਂ, ਇਹ ਤੇ ਅੱਲਾ ਦਾ ਨੂਰ ਆਇਆ, ਆਪ ਅੱਲਾ ਬਣ ਕੇ ਇਸ ਘਰ ਦੇ ਵਿੱਚ ਆਣ ਕੇ ਭਾਗ ਲਾਏ ਨੇ, ਤੇ ਬਾਹਰ ਆਣ ਕੇ ਮਸਤਾਨੀ ਹੋਈ ਫਿਰ ਲੋਕਾਂ ਨੂੰ ਆਂਦੀ ਏ ਕੁਝ ਨੂਰੀ ਮੁਕੜਾ ਜੋਤ ਨਿਰਾਲੀ ਦੁਨੀਆ ਤਾਰਨ ਆਇਆ ਏ, ਦੁਨੀਆ ਤਾਰਨ ਆਇਆ ਏ।
ਮਸਤਾਨੀ ਚਿਹਰਾ। ਜਦੋਂ ਫਿਰ ਦਾਈ ਨੇ ਵੇਖਿਆ ਤੇ ਫਿਰ ਮਸਤਾਨੀ ਹੋਈ, ਫਿਰ ਹੌਕਾ ਦਿੱਤਾ, ਫਿਰ ਸੰਸਾਰ ਦੇ ਵਿੱਚ ਜਾ ਕੇ ਉਹਨੇ ਜਿਹਨੂੰ ਆਖਦੇ ਅਕਾਲ ਸੁਰਗ ਲੋਕ ਤੇ ਪਿਆਲ, ਆਉਂਦੇ ਨੇ ਜਿਹਨੂੰ ਆਖਦੇ ਅਕਾਲ ਸੁਰਗ ਲੋਕ ਤੇ ਪਿਆਲ, ਸੋਈ ਪ੍ਰਗਟਿਆ ਗੋਪਾਲ ਰਾਮ ਸਿੰਘ ਜੋ ਕਹਾਂਦਾ, ਜਿਹੜਾ ਸੁਣਿਆ ਸੀ ਦੂਰ ਸੋਈ ਦੇਖਿਆ ਹਜ਼ੂਰ, ਜੇ ਕੋ ਪਾਣੀ ਉੱਤੇ ਬੂਰ ਪਾਉਣ ਛਿੰਨ ਮੈਂ ਹਟਾਉਂਦਾ। ਕੀਤੀ ਤਰਤ ਨੇ ਪੁਕਾਰ, ਜੀ ਮੈਂ ਹੋਈ ਸਾ ਲਚਾਰ, ਮੈਨੂੰ ਦਿਓ ਜੀ ਦੀਦਾਰ ਪਾਰ, ਚੁੱਕਿਆ ਨੀ ਜਾਮਦਾ। ਸੁਣੀ ਸੰਗਤ ਅਰਜੋਈ, ਮੰਨੀ ਮਹਾਰਾਜ ਸੋਈ, ਸੁਣੀ ਸੰਗਤ ਅਰਜੋਈ, ਮੰਨੀ ਮਹਾਰਾਜ ਸੋਈ, ਫਿਰ ਤਾਰ ਕੇ ਧਰਤੀ ਉੱਤੇ, ਫਿਰ ਤਾਰ ਕੇ ਅਵਤਾਰ ਤੇ ਧਰਤੀ ਉੱਤੇ ਆਉਂਦਾ, ਜਿਹਨੂੰ ਆਖਦੇ ਅਕਾਲ ਸੁਰਗ ਲੋਕ ਤੇ ਪਿਆਲ, ਸੋਈ ਪ੍ਰਗਟਿਆ ਗੋਪਾਲ ਰਾਮ ਸਿੰਘ ਜੋ ਕਹਾਉਂਦਾ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਹਾਨ ਜੋਤ।